ਭਾਈ ਕਿਦਾਂ ਲੱਗੀ ਫਿਲਮ ਮੋਜੀ ਮੋਜਾ? ਬਹੁਤ ਵਧੀਆ ਲੱਗੀ ਭਾਈ। ਕੀ ਕਹਿਣਾ ਚਾਹੋਗੇ ਆਡੀਅੰਸ ਨੂੰ, ਕੀ ਮੈਸੇਜ ਦੇਣਾ ਚਾਹੋਗੇ? ਬਹੁਤ ਜ਼ਿਆਦਾ ਵਧੀਆ ਫਿਲਮ ਆ, ਪੂਰੀ ਫਨੀ ਫਿਲਮ ਆ, ਫੈਮਿਲੀ ਰਿਲੇਟਡ ਫਿਲਮ ਆ, ਪੂਰੀ ਜ਼ਿਆਦਾ ਵਧੀਆ ਹੈ। ਗਿੱਪੀ ਤੇ ਬਿਨੂ ਦੀ ਸਿਰਾ ਐਕਟਿੰਗ ਲੱਗਦਾ ਕਿ ਸਿਨੇਮੇ 'ਚ ਮੌਜਾਂ ਲੱਗੀਆਂ ਹੋਈਆਂ ਨੇ, ਫਿਲਮ ਵੇਖ ਕੇ ਮੌਜਾਂ ਲੱਗੀਆਂ ਹੋਈਆਂ। ਮੌਜਾਂ ਹੀ ਮੌਜਾਂ ਹਨ ਫਿਲਮ। ਮੈਨੂੰ ਕਿੱਦਾਂ ਲੱਗੀ ਫਿਲਮ? ਬਹੁਤ ਜ਼ਿਆਦਾ ਅੱਛੀ, ਬਹੁਤ ਜ਼ਿਆਦਾ ਕੈਂਟ ਕਾਮੇਡੀ ਹੈ ਐਂਡ ਮਤਲਬ ਬਹੁਤ ਮਜ਼ਾ ਆਇਆ। ਮੌਜਾਂ ਹੀ ਮੌਜਾਂ ਦਾ ਪੂਰਾ ਮੁੱਲ ਪਾਇਆ, ਪੂਰਾ ਮੁੱਲ ਪਾਇਆ ਤੇ ਲਾਈਕ ਮੈਸੇਜ ਬਹੁਤ ਸੋਹਣਾ ਦਿੱਤਾ ਗਿਆ ਫਿਲਮ ਦੇ ਵਿੱਚ। ਹਾਂਜੀ ਬਿਲਕੁਲ, ਡਿਸੇਬਿਲਿਟੀ ਬਹੁਤ ਮਤਲਬ ਕਿ ਲੋਕਾਂ ਨੂੰ ਉਸ ਚੀਜ਼ ਨੂੰ ਅਗਰੈਸਿਵ ਮਤਲਬ ਅਗਰੈਸ਼ਨ 'ਚ ਨਹੀਂ ਲੈਣਾ ਚਾਹੀਦਾ ਕਿ ਡਿਸੇਬਿਲਿਟੀ ਬਹੁਤ ਗੰਦੀ ਚੀਜ਼ ਹੈ ਕੁਛ ਵੀ, ਹੈ ਨਾ। ਉਹਦੇ ਨਾਲ ਬੰਦੇ ਨੂੰ ਜਿਉਣਾ ਸਿੱਖਣਾ ਚਾਹੀਦਾ, ਉਹਨਾਂ ਨੂੰ ਪਿਆਰ ਦੇਣਾ ਚਾਹੀਦਾ। ਇਹ ਚੀਜ਼ ਦਾ ਮੈਸੇਜ ਬਹੁਤ ਅੱਛਾ ਹੈ। ਕਿੰਨੇ ਸਟਾਰ ਦਿੰਦੇ ਫਿਲਮ ਨੂੰ? ਆਊਟ ਆਫ 5 ਸਟਾਰ ਕਿੰਨੇ ਦਿੰਦੇ? ਆਊਟ ਆਫ 5 5 ਆਊਟ ਆਫ 5। ਥੈਂਕ ਯੂ ਭਾਈ। ਕਿੱਦਾਂ ਲੱਗੀ ਮੋਜੀ ਮੋਜਾ? ਬਹੁਤ ਵਧੀਆ ਜੀ, 10 'ਚੋਂ 10 ਨੰਬਰ ਹੈ। ਲੋਕਾਂ ਨੂੰ ਲੱਗਦਾ ਕਮੇਡੀ ਕਮੇਡੀ ਤੇ ਹੈਗੀ ਆ, ਐਂਡ 'ਚ ਬਹੁਤ ਵਧੀਆ ਮੈਸੇਜ ਦਿੱਤਾ। ਦੱਸਣਾ ਨਹੀਂ ਚਾਹੂੰਗਾ, ਮੂਵੀ ਦੇਖ ਕੇ ਪਤਾ ਲੱਗੇਗਾ। ਤੇ ਲੱਗਦਾ ਕਿ ਮੌਜਾਂ ਲੁੱਟ ਲਿਆ ਤੁਸੀਂ ਫਿਲਮ ਵਿੱਚ? ਬਹੁਤ ਵਧੀਆ, ਪੈਸੇ ਪੂਰੇ ਆ ਜੀ, ਪੈਸੇ ਪੂਰੇ ਆ। ਅੱਛਾ, ਜਿਨ੍ਹਾਂ ਵਾਲੇ ਮੌਜਾਂ ਨਹੀਂ ਲੁੱਟੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ, ਕਿ ਆਓ ਸਿਨੇਮੇ 'ਚ ਮੌਜਾਂ ਲੁੱਟੋ? ਬਿਲਕੁਲ ਲੁੱਟੋ। ਐਕਚੁਅਲੀ ਜਿਹੜਾ ਇੱਥੇ ਮੈਸੇਜ ਦਿੱਤਾ ਗਿਆ ਉਹ ਹਰੇਕ ਬੰਦੇ ਲਈ ਜ਼ਰੂਰੀ ਹੈ, ਉਹ ਮੈਸੇਜ ਨੂੰ ਦੇਖਣਾ ਜ਼ਰੂਰੀ ਆ। ਪੂਰੀ ਮੂਵੀ 'ਚ ਢਿੱਡੀ ਪੀੜਾਂ ਪਈਆਂ ਰਹੀਆਂ। ਬਹੁਤ ਵਧੀਆ, 10-10 ਨੰਬਰ ਹੈ ਜੀ। ਥੈਂਕ ਯੂ ਭਾਈ। ਭਾਈ ਕਿੱਦਾਂ ਲੱਗੀ ਫਿਲਮ ਮੌਜੀ ਮੌਜਾ? ਬਹੁਤ ਬੜੀਆ ਭਾਈ, ਬਹੁਤ ਕੀ ਕਹਿਣਾ ਚਾਹੋਗੇ? ਬੜੀਆ ਮੈਮ, ਕਿੱਦਾਂ ਲੱਗੀ ਮੌਜੀ ਮੌਜਾ? ਬਹੁਤ ਅੱਛੀ, ਬਹੁਤ ਮੌਜਾ ਲੁੱਟੀਆਂ ਪੂਰੇ। ਕੀ ਹੋਵੇ ਆਡੀਅੰਸ, ਕਿੰਨੇ ਸਟਾਰ ਦਿੰਦੇ ਭਾਈ? ਕਿੱਦਾਂ ਲੱਗੀ ਮੌਜੀ ਮੌਜਾ? ਬਹੁਤ ਸੋਹਣੀ ਸੀ। ਬੈਸਟ ਲੱਗੀ ਕਹਾਣੀ? ਐਂਡ ਬੈਸਟ। ਕੀ ਕਹਿਣਾ ਚਾਹੋਗੇ ਆਡੀਅੰਸ? ਤੁਹਾਨੂੰ ਕਿੱਦਾਂ ਲੱਗੀ ਫਿਲਮ ਮੌਜੀ ਮੌਜਾ? ਫੁੱਲ ਕਮੇਡੀ ਲੱਗੀ? ਲੱਗਦਾ ਕੋਈ ਮੈਸੇਜ ਬਹੁਤ ਸੋਹਣਾ ਦਿੱਤਾ ਗਿਆ ਫਿਲਮ ਦੇ ਵਿੱਚ। ਭਾਈ ਜੀ ਕੀ ਕਹਿਣਾ ਚਾਹੋਗੇ? ਵਧੀਆ ਵੀਰ, ਵਧੀਆ ਜੀ। ਭਾਈ ਕੀ ਵਧੀਆ ਵਧੀਆ, ਕਿਹੜੀ ਚੀਜ਼ ਬੈਸਟ ਲੱਗੀ ਫਿਲਮ ਦੀ? ਸੀਨ ਲਾਸਟ ਦਾ ਵਧੀਆ ਲੱਗਿਆ। ਤੇ ਕਿੱਦਾਂ ਲੱਗਿਆ ਕਿ ਪੀ ਬਾਈ ਬਿਨੂ ਢਿੱਲੋਂ ਬਾਈ ਕਰਮਜੀਤ ਨੂੰ ਬੋਲ ਰਹਾ ਬਾਈ? ਕਿੱਦਾਂ ਦੇਖ? ਸਾਰੇ ਵਧੀਆ ਲੱਗੇ। ਸਟੋਰੀ ਲਾਈਨ ਕਿੱਦਾਂ ਲੱਗੀ? ਠੀਕ ਹੈ। ਕਿੰਨੇ ਸਟਾਰ ਦਿੰਦੇ ਹੋ ਫਿਲਮ ਨੂੰ? 10/8। ਬਾਈ ਕਿੱਦਾਂ ਲੱਗੀ ਫਿਲਮ? ਵਧੀਆ ਲੱਗੀ। ਕੀ ਕਹਿਣਾ ਚਾਹੋਗੇ ਕਿ ਮੌਜਾਂ ਲੁੱਟੀਆਂ, ਮੌਜਾਂ ਪੈਸਾ ਵਸੂਲ ਹੋ ਗਿਆ ਫਿਲਮ ਵੇਖ ਕੇ? ਫਿਲਮ ਵੇਖ ਕੇ ਕਿੱਦਾਂ ਲੱਗੀ ਜੀ? ਮੌਜਾਂ ਲੁੱਟੀਆਂ ਪੂਰੀਆਂ ਪੂਰੀਆਂ। ਕਿੰਨੇ ਸਟਾਰ ਦੋਗੇ ਫਿਲਮ? 10/10। ਕੀ ਬਾਤ ਹੈ, ਕਿਹੜੀ ਚੀਜ਼ ਬੈਸਟ ਲੱਗੀ ਵੀਰੇ? ਚੀਜ਼ ਇਹੀ ਬੈਸਟ ਲੱਗੀ, ਦੇਖੋ ਕਿਵੇਂ ਕੰਪਰੋਮਾਈਜ਼ ਕਰ ਰਹੇ ਸੀ ਸਾਰੀ ਚੀਜ਼ਾਂ ਨੂੰ, ਤੇ ਤਿੰਨਾਂ ਬੰਦਿਆਂ ਦੀ ਐਕਟਿੰਗ, ਕੋਈ ਅੰਧਾ, ਕੋਈ ਬਹਿਰਾ, ਕੋਈ ਕਿੱਦਾਂ, ਬਹੁਤ ਬੈਸਟ। ਆਡੀਅੰਸ ਨੂੰ ਕੀ ਕਹਿਣਾ ਚਾਹੋਗੇ? ਫਿਲਮ ਵੇਖਣੀ ਚਾਹੀਦੀ ਹੈ? ਜ਼ਰੂਰ ਵੇਖਣੀ ਚਾਹੀਦੀ ਹੈ। ਇਹਨਾਂ ਨੂੰ ਕੋਲੋਂ ਸਿੱਖ ਵੀ ਲੈਣੀ ਚਾਹੀਦੀ ਹੈ ਕਿ ਕਿਸੇ ਜੋ ਡਿਸੇਬਿਲਿਟੀ ਹੈ ਉਹਨਾਂ ਨੂੰ ਦੂਰ ਨਾ ਕਰਿਓ, ਉਹਨਾਂ ਨਾਲ ਪਿਆਰ ਕਰਿਓ। ਉਹ ਵੀ ਤੇ ਬੰਦੇ ਨੇ, ਉਹ ਵੀ ਤੇ ਇਨਸਾਨ ਨੇ। ਕੀ ਬਾਤ ਹੈ ਜੀ, ਬਹੁਤ ਚੰਗਾ ਮੈਸੇਜ ਵੀ ਦਿੰਦੀ ਹੈ ਫਿਲਮ, ਇਕੱਲੀ ਹਸਾਉਂਦੀ ਨਹੀਂ, ਨਾਲ ਚੰਗਾ ਸੁਨੇਹਾ ਵੀ ਦਿੰਦੀ ਹੈ। ਮੈਸੇਜ ਦਿੰਦੀ ਹੈ, ਬਹੁਤ ਵੱਡਾ ਮੈਸੇਜ ਦਿੰਦੀ ਹੈ। ਥੈਂਕ ਯੂ ਭਾਈ ਜੀ, ਥੈਂਕ ਯੂ। ਬਹੁਤ ਨਾਈਸ ਮੂਵੀ। ਕੈਂਟ ਲੱਗੀ ਫਿਲਮ ਬਾਈ? ਕੈਂਟ। ਕਿੰਨੇ ਸਾਲ ਦਿੰਦੇ ਹੋ ਫਿਲਮ ਨੂੰ? 5/5। ਥੈਂਕ ਯੂ, ਥੈਂਕ ਯੂ। ਹਾਂਜੀ ਮੈਮ, ਮੌਜੀ ਮੌਜਾ ਫਿਲਮ ਵੇਖ ਕੇ ਆਏ ਹੋ, ਕਿੱਦਾਂ ਲੱਗੀ? ਬਹੁਤ ਬੈਸਟ ਸੀ। ਸੀਗੀ ਮੌਜਾਂ ਪੂਰੀ ਫਿਲਮ? ਕਾਮੇਡੀ ਕਾਮੇਡੀ। ਕੀ ਚੀਜ਼ ਬੈਸਟ ਲੱਗੀ? ਕਿੰਨੇ ਸਾਲ? ਕਾਮੇਡੀ, ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ। ਥੈਂਕ ਯੂ, ਥੈਂਕ ਯੂ।